ਇਸ ਗੱਲ ਦਾ ਧਰਮਰਾਜ ਨੇ ਜਵਾਬ ਦਿੱਤਾ ਸੀ, ਤੈਨੂੰ ਪਤਾ ਨੀ ਕੀ? ਪਿੱਛੇ ਜੇ ਅਮਰੀਕਾ ਦੇ ਰਾਸ਼ਟਰਪਤੀ ਜੀ, ਜਪਾਨ ਦੇ ਰਾਸ਼ਟਰਪਤੀ ਜੀ ਤੇ ਇੰਡੀਆ ਦੇ ਕੁਝ ਮੋਹਤਵਾਰ ਬੰਦੇ ਧਰਮਰਾਜ ਨੂੰ ਮਿਲਣ ਗਏ ਤਾਂ। ਅੱਛਾ, ਕੁਦਰਤੀ ਘਰੀ ਮਿਲ ਗਿਆ, ਟੈਲੀਵਿਜ਼ਨ ਦੇਖੀ ਜਾਂਦਾ ਸੀ ਐਤਵਾਰ ਨੂੰ, ਵਿਹਲੇ ਸੀ। ਆਹੋ, ਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਪੁੱਛਿਆ, ਜਿਹੜਾ ਸਾਡੇ ਦੇਸ਼ ਚ ਥੋੜਾ ਬਹੁਤ ਕ੍ਰਾਈਮ ਹੈ, ਕਰਪਸ਼ਨ ਹੈ, ਦੰਗਾ ਫਸਾਦ ਹੈ, ਭ੍ਰਿਸ਼ਟਾਚਾਰ ਹੈ, ਕਿੰਨੇ ਚਿਰ ਚ ਮੁੱਕ ਜੂ ਧਰਮਰਾਜ ਜੀ? ਕੀ ਕਹਿੰਦੇ ਧਰਮਰਾਜ ਜੀ? ਧਰਮਰਾਜ ਕਹਿੰਦਾ 35 ਸਾਲ ਲੱਗਣਗੇ। ਓਹੋ ਹੋ, ਅਮਰੀਕਾ ਦਾ ਰਾਸ਼ਟਰਪਤੀ ਰੋਣ ਲੱਗ ਪਿਆ। ਉਹ ਕਿਉਂ? ਕਹਿੰਦਾ ਮੇਰੇ ਜਿਉਂਦੇ ਜੀ ਮੈਂ ਇਹੋ ਜਿਹੇ ਸਾਹਸਪੂਰ ਅਮਰੀਕਾ ਦੇਖਣਾ ਚਾਹੁੰਦਾ। ਦੇਸ਼ਭਗਤੀ ਉਹਨਾਂ ਦੀ, ਦੇਸ਼ਭਗਤੀ ਹੈ। ਜਪਾਨ ਵਾਲਿਆਂ ਨੇ ਪੁੱਛਿਆ, ਜਿਹੜਾ ਸਾਡੇ ਦੇਸ਼ ਚ ਭ੍ਰਿਸ਼ਟਾਚਾਰ ਹੈ ਉਹ ਕਿੰਨੇ ਚਿਰ ਚ ਮੁੱਕ ਜੂ? ਉਹਨਾਂ ਨੂੰ ਕੀ ਕਹਿੰਦੇ? ਕਹਿੰਦੇ 45 ਸਾਲ ਲੱਗਣਗੇ। ਅੱਛਾ, ਉਹ ਵੀ ਰੋਣ ਲੱਗ ਗਿਆ। ਇੰਡੀਆ ਵਾਲਿਆਂ ਦੀ ਵਾਰੀ ਆ ਗਈ। ਇੰਡੀਆ ਵਾਲਿਆਂ ਨੇ ਪੁੱਛਿਆ, ਕਹਿੰਦੇ ਸਾਡੇ ਦੇਸ਼ ਜਿਹੜਾ ਘੁੱਗੀ ਘੈਂ ਜੀ ਹੁੰਦੀ ਹੈ ਲੈਣ ਦੇਣ ਜਾ, ਆ ਜਿਹੜਾ ਦੰਗਾ ਫਸਾਦ ਭ੍ਰਿਸ਼ਟਾਚਾਰ ਜਾ, ਕਿੰਨੇ ਚਿਰ ਚ ਮੁੱਕ ਜੂ ਧਰਮਰਾਜ ਜੀ? ਇੰਡੀਆ ਵਾਲਿਆਂ ਨੂੰ ਧਰਮਰਾਜ ਜੀ ਨੇ ਕੀ ਕਿਹਾ? ਧਰਮਰਾਜ ਨੇ ਕੀ ਕਹਿਣਾ ਸੀ? ਧਰਮਰਾਜ ਆਪ ਰੋਣ ਲੱਗ ਗਿਆ, ਕਹਿੰਦਾ ਮੇਰੇ ਜਿਉਂਦੇ ਜੀ ਤਾਂ ਨਹੀਂ ਹੋ ਸਕਦਾ, ਬਾਕੀ ਕੋਈ ਹੋਰ ਆਜ ਕਰ ਦੂੰਗਾ। ਉਹ ਧਰਮਰਾਜ ਖੁਦ ਬੜਾ ਦੁਖੀ ਹੈ। ਉਹ ਕਿਉਂ? ਮੈਂ ਪਰਸੋਂ ਸੁਪਨੇ ਜੀ ਧਰਮਰਾਜ ਨੂੰ ਮਿਲਿਆ, ਮਿਲ ਕੇ ਅੱਲਾ ਮੈਂ ਗਿਆ ਧਰਮਰਾਜ ਕੋਲੇ ਪਰਲੋਕ ਚ, ਬੜਾ ਦੁਖੀ ਬੈਠਾ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦਾ ਕੀ ਦੱਸੀਏ ਯਾਰ, ਬੜੇ ਦੁਖੀ ਆ, ਆ ਹੁਣੀ ਅਜੇ ਸੁਰਗਾਂ ਵਾਲੇ ਬੰਦੇ ਮੇਰੀ ਕੋਠੀ ਮੂਹਰੇ ਧਰਨਾ ਦੇ ਕੇ ਹਟਿਆ, ਮੇਰੀ ਅਰਥੀ ਸਾੜ ਕੇ ਹਟਿਆ ਪਤੰਦਰ। ਅੱਛਾ, ਉਹ ਕਹਿੰਦੇ ਸੁਰਗਾਂ ਚ ਮਹਿੰਗਾਈ ਹੋ ਗਈ, ਨਾਲੇ ਸੜਕਾਂ ਨਵੀਆਂ ਟੁੱਟੀਆਂ ਪਈਆਂ ਨੇ। ਅੱਛਾ, ਮੈਂ ਕਿਹਾ ਫਿਰ ਸੜਕਾਂ ਬਣਾ ਕੇ ਰੱਖਿਆ ਕਰੋ। ਫਿਰ ਕੀ ਕਹਿੰਦਾ ਯਾਰ, ਅਜੇ ਪਿਛਲੇ ਮਹੀਨੇ ਸੜਕਾਂ ਬਣਾਈਆਂ ਨੇ, ਪਰ ਮੈਥੋਂ ਗਲਤੀ ਇਹ ਹੋ ਗਈ, ਜਿਹੜਾ ਸੜਕਾਂ ਠੇਕੇਦਾਰ ਸੀ ਉਹ ਇੰਡੀਆ ਤੋਂ ਲੈ ਲਿਆ। ਅੱਛਾ, ਉਹ ਪਤੰਦਰ ਨੇ ਸੜਕ ਚ ਕੁਝ ਪਾਇਆ ਨੀ, ਆਪ ਨਰਕਾਂ ਚ ਅੱਧੇ ਕਿੱਲੇ ਦੀ ਕੋਠੀ ਪਾਈ ਬੈਠਾ। ਉਹ ਮੈਂ ਕਿਹਾ ਜੀ ਧਰਮਰਾਜ ਕੋਈ ਪੁਲਿਸ ਪਾਸ ਰੱਖਿਆ ਕਰੋ ਤੁਸੀਂ ਇੱਥੇ। ਨਹੀਂ ਚਾਹੀਦੀ ਪੁਲਿਸ। ਉਹ ਕਹਿੰਦੇ ਰੱਖੀ ਦੀ ਆ ਪੁਲਿਸ ਭਰਾਵਾ, ਇੰਡੀਆ ਦੀ ਪੁਲਿਸ ਵਾਲੇ ਕਿਸੇ ਨੂੰ ਜਿਉਣ ਵੀ ਦੇਣ। ਕਿਉਂ? ਉਹ ਨਿਤ ਨਵੇਂ ਸਿਆਪੇ ਪਾਉਂਦੇ ਇੰਡੀਆ ਪੁਲਿਸ ਵਾਲੇ। ਕੀ ਹੋਇਆ? ਉਹ ਕਹਿੰਦਾ ਪੈਸੇ ਲੈ ਕੇ ਰਾਤ ਨੂੰ ਨਰਕਾਂ ਵਾਲੇ ਨੂੰ ਸੁਰਗਾਂ ਚ ਨਹੀਂ ਕੱਢ ਦਿੰਦੇ ਨੇ ਪਤਾ। ਓਏ ਹੋਏ ਹੋਏ। ਅੱਛਾ, ਉਹ ਸੁਰਗਾਂ ਚ ਨੇ ਧਰਮਰਾਜ ਦੇ ਖਾਸ ਬੰਦੇ, ਭਗਤ ਲੋਕ, ਸਾਧ ਲੋਕ, ਮੇਰਾ ਨਾਮ ਲੈਣ ਵਾਲੇ ਲੋਕ, ਆ ਪਰਸੋਂ ਚੌਥੇ ਕਹਿੰਦੇ ਦੋ ਕਾਲੇ ਕੱਛੇ ਵਾਲੇ ਭੇਜਤੇ, ਸਾਧ ਸਾਰੀ ਆ ਡਾਂਗਾ ਚੱਕੀ ਫਿਰੇ ਨੇ ਉੱਥੇ। ਓਏ ਹੋਏ। ਮੈਂ ਬੜਾ ਦੁਖੀ ਹਾਂ ਯਾਰ, ਕਹਿੰਦੇ ਹਿੰਦੁਸਤਾਨੀ ਲੀਡਰ ਨੇ 3-4 ਆ ਨਰਕਾਂ ਚ, ਉਹ ਪਤੰਦਰ ਰੋਜ਼ ਮੁਰਦਿਆਂ ਨੂੰ ਰੈਲੀਆਂ ਕਰਕੇ ਭੜਕਾਉਂਦੇ ਨੇ, ਕਹਿੰਦੇ ਧਰਮਰਾਜ ਨੂੰ ਗੱਦੀ ਤੋਂ ਲਾਉਣਾ। ਓਏ ਹੋਏ। ਕਹਿੰਦੇ ਮੈਂ ਤਾਂ ਹੁਣ ਆਪਦੇ ਜਮਦੂਤਾਂ ਨੂੰ ਕਹਿੰਦਾ, ਭਰਾਵਾ ਇੰਡੀਆ ਦੇ ਲੀਡਰਾਂ ਨੂੰ ਘੱਟ ਤੋਂ ਘੱਟ ਤਾਂ ਬੁਲਾਓ ਤਾਂ ਕਿ ਮੈਨੂੰ ਵੇਚ ਕੇ ਨਾ ਖਾ ਜਾਣ ਕਿਤੇ, ਇਸੇ ਕਰਕੇ 90-90 ਸਾਲ ਦੇ ਹੋ ਕੇ ਮਰਦੇ ਆ।